ਪਾਠ ਸੱਤ। ਮਨੁੱਖ ਦੇ ਸਾਥੀ ਜੰਤੂ। ਮਨੁੱਖਾਂ ਅਤੇ ਜੰਤੂਆਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਮਨੁੱਖ ਨੂੰ ਇਹਨਾਂ ਜੰਤੂਆਂ ਤੋਂ ਸਾਥ ਦੇ ਨਾਲ ਨਾਲ ਬਹੁਤ ਸਾਰੀਆਂ ਸੁਗਾਤਾਂ ਮਿਲਦੀਆਂ ਹਨ। ਆਓ ਆਪਾਂ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰੀਏ। ਯੂਨਾਨ ਦੇ ਰਾਜਾ ਸਿਕੰਦਰ ਮਹਾਨ ਦੇ ਕੁੱਤੇ ਦਾ ਨਾਂ ਪੈਰੀਟਾਸ ਸੀ। ਪਰਸ਼ੀਆ ਦੇ ਰਾਜੇ ਡੈਰੀਅਸ ਤੀਜੇ ਨੇ ਸਿਕੰਦਰ ਉੱਪਰ ਹਮਲਾ ਕਰ ਦਿੱਤਾ। ਯੁੱਧ ਦੌਰਾਨ ਇੱਕ ਹਾਥੀ ਸਿਕੰਦਰ ਨੂੰ ਕੁਚਲਣ ਹੀ ਵਾਲਾ ਸੀ ਕਿ ਉਸੇ ਵਕਤ ਉਸ ਦੇ ਕੁੱਤੇ ਪੈਰੀਟਾਸ ਨੇ ਹਾਥੀ ਦੇ ਮੂੰਹ ਉੱਤੇ ਛਾਲ ਮਾਰ ਕੇ ਹਾਥੀ ਦਾ ਧਿਆਨ ਦੂਸਰੇ ਪਾਸੇ ਕਰ ਦਿੱਤਾ ਅਤੇ ਸਿਕੰਦਰ ਦੀ ਜਾਨ ਬਚ ਗਈ। ਬਹੁਤ ਸਾਰੀਆਂ ਮਹਾਨ ਹਸਤੀਆਂ ਦਾ ਵੱਖ-ਵੱਖ ਜੰਤੂਆਂ ਨਾਲ ਲਗਾ ਅਤੇ ਜੰਤੂਆਂ ਦੀ ਵਫਾਦਾਰੀ ਦੀਆਂ ਕਹਾਣੀਆਂ ਸੰਸਾਰ ਪ੍ਰਸਿੱਧ ਹਨ। ਕੀ ਤੁਹਾਨੂੰ ਕਿਸੇ ਅਜਿਹੀ ਕਹਾਣੀ ਦਾ ਪਤਾ ਹੈ? ਆਪਣੇ ਘਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਪੁੱਛੋ ਕਿ ਉਹ ਕੋਈ ਅਜਿਹੀ ਗੱਲ ਜਾਣਦੇ ਹਨ। ਉਹਨਾਂ ਕੋਲੋਂ ਸੁਣ ਕੇ ਲਿਖੋ ਅਤੇ ਫਿਰ ਜਮਾਤ ਵਿੱਚ ਆਪਣੇ ਸਾਥੀ ਵਿਦਿਆਰਥੀਆਂ ਨਾਲ ਸਾਂਝੀ ਕਰੋ। ਕੁੱਤਾ ਆਪਣੀ ਵਫਾਦਾਰੀ ਅਤੇ ਰਾਖੀ ਕਰਨ ਵਰਗੇ ਗੁਣਾਂ ਕਰਕੇ ਮਨੁੱਖ ਦੁਆਰਾ ਬੜੇ ਪਿਆਰ ਨਾਲ ਪਾਲਿਆ ਜਾਂਦਾ ਹੈ। ਕੁੱਤਾ ਬਹੁਤ ਵੱਡੇ ਭੇਡਾਂ ਜਾਂ ਬੱਕਰੀਆਂ ਦੇ ਇੱਜੜ ਦੀ ਰਾਖੀ ਕਰ ਸਕਦਾ ਹੈ। ਜਦੋਂ ਕੋਈ ਵੀ ਭੇਡ ਜਾਂ ਬੱਕਰੀ ਆਪਣੇ ਇੱਜੜ ਤੋਂ ਵਿਛੜ ਜਾਂਦੀ ਹੈ ਤਾਂ ਉਸ ਇੱਜੜ ਦੀ ਰਾਖੀ ਕਰ ਰਿਹਾ ਕੁੱਤਾ ਉਸ ਨੂੰ ਘੇਰ ਕੇ ਵਾਪਸ ਲੈ ਆਉਂਦਾ ਹੈ। ਕੁੱਤੇ ਦੀ ਸੁੰਘਣ ਅਤੇ ਸੁਣਨ ਦੀ ਸ਼ਕਤੀ ਵੀ ਕਮਾਲ ਦੀ ਹੈ। ਇਹ ਜੰਤੂ ਜ਼ਮੀਨ ਦੇ ਲਗਭਗ 40 ਫੁੱਟ ਥੱਲੇ ਦੀ ਗੰਧ ਪਛਾਣ ਸਕਦਾ ਹੈ। ਇਸ ਕਰਕੇ ਪੁਲਿਸ ਵੀ ਅਪਰਾਧੀਆਂ ਨੂੰ ਫੜਨ ਲਈ ਕੁੱਤਿਆਂ ਦੀ ਮਦਦ ਲੈਂਦੀ ਹੈ। ਕੁੱਤਾ ਮਨੁੱਖ ਦੇ ਮੁਕਾਬਲੇ 4 ਗੁਣਾ ਵੱਧ ਦੂਰੀ ਤੋਂ ਆਵਾਜ਼ ਦੇ ਸਰੋਤ ਪਛਾਣ ਸਕਦਾ ਹੈ। ਰੋਚਕ ਤੱਥ। ਬੇਸੰਜੀ ਸ਼ਿਕਾਰੀ ਕੁੱਤਿਆਂ ਦੀ ਇੱਕ ਅਜਿਹੀ ਨਸਲ ਹੈ ਜੋ ਗਲੇ ਦੀ ਵਿਸ਼ੇਸ਼ ਬਣਤਰ ਕਰਕੇ ਭੌਂਕ ਨਹੀਂ ਸਕਦੀ ਪਰ ਹੇਕ ਜਾਂ ਤਾਨ ਵਰਗੀ ਆਵਾਜ਼ ਕੱਢਦੀ ਹੈ। ਦਾ ਬੇਸੰਜੀ ਇਜ਼ ਦਾ ਵਰਲਡਸ ਓਨਲੀ ਡੋਗ ਦੈਟ ਕਾਂਟ ਬਾਕ। ਸੰਨ 1957 ਵਿੱਚ ਰੂਸੀ ਪੁਲਾੜੀ ਯਾਨ ਸਪੁਤਨਿਕ ਰਾਹੀਂ ਪੁਲਾੜ ਵਿੱਚ ਜਾਣ ਵਾਲਾ ਜਿਉਂਦਾ ਪ੍ਰਾਣੀ ਲਾਈਕਾ ਨਾਂ ਦੀ ਕੁੱਤੀ ਸੀ। ਮਨੁੱਖ ਅਤੇ ਜੰਤੂਆਂ ਦਾ ਬਹੁਤ ਪੁਰਾਣਾ ਸੰਬੰਧ ਹੈ। ਬਹੁਤ ਸਾਰੇ ਜੰਤੂ ਵੀ ਮਨੁੱਖ ਦੁਆਰਾ ਪਾਲੇ ਜਾਂਦੇ ਹਨ। ਇਹ ਵੱਖ-ਵੱਖ ਤਰੀਕਿਆਂ ਨਾਲ ਮਨੁੱਖ ਦੀ ਸਹਾਇਤਾ ਕਰਦੇ ਹਨ।
ਦੁੱਧ ਅਤੇ ਮੀਟ ਲਈ ਮਨੁੱਖ ਨੇ ਜਿਹੜੇ ਜਾਨਵਰਾਂ ਨੂੰ ਪਾਲਣਾ ਸ਼ੁਰੂ ਕੀਤਾ ਉਹਨਾਂ ਵਿੱਚ ਭੇਡਾਂ ਅਤੇ ਬੱਕਰੀਆਂ ਮੁੱਖ ਤੌਰ 'ਤੇ ਸ਼ਾਮਲ ਹਨ। ਕੇਵਲ ਦੁੱਧ, ਆਂਡੇ ਅਤੇ ਮੀਟ ਹੀ ਨਹੀਂ, ਸਗੋਂ ਸਾਨੂੰ ਉੱਨ ਜਾਂ ਪਸ਼ਮ ਵੀ ਜੰਤੂਆਂ ਤੋਂ ਮਿਲਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਜੰਤੂ ਸਾਨੂੰ ਉੱਨ ਦਿੰਦੇ ਹਨ? ਬਹੁਤ ਸਾਰੇ ਲੋਕ ਸਮਝਦੇ ਹਨ ਕਿ ਉੱਨ ਕੇਵਲ ਭੇਡਾਂ ਤੋਂ ਪ੍ਰਾਪਤ ਹੁੰਦੀ ਹੈ, ਪਰ ਕਈ ਹੋਰ ਵੀ ਜੰਤੂ ਹਨ ਜਿਨ੍ਹਾਂ ਤੋਂ ਅਸੀਂ ਉੱਨ ਹਾਸਲ ਕਰਦੇ ਹਾਂ। ਖਰਗੋਸ਼, ਅੰਗੋਰਾ। ਅੰਗੋਰਾ ਨਸਲ ਦੇ ਖਰਗੋਸ਼ਾਂ ਤੋਂ ਪ੍ਰਾਪਤ ਉੱਨ ਦੇ ਰੇਸ਼ੇ ਬਹੁਤ ਮੁਲਾਇਮ ਅਤੇ ਲੰਬੇ ਹੁੰਦੇ ਹਨ। ਊਂਠ, ਮਨੁੱਖ ਊਂਠ ਦੀ ਜੱਤ ਅਰਥਾਤ ਵਾਲਾਂ ਤੋਂ ਨਾ ਕੇਵਲ ਉੱਨ ਪ੍ਰਾਪਤ ਕਰਦਾ ਹੈ, ਸਗੋਂ ਹੋਰ ਕਈ ਕਾਰਨਾਂ ਕਰਕੇ ਵੀ ਉਸ ਉੱਤੇ ਨਿਰਭਰ ਹੈ। ਕੀ ਤੁਸੀਂ ਜਾਣਦੇ ਹੋ ਕਿ ਪਸ਼ਮੀਨਾ ਨਾਂ ਦੀ ਉੱਨ ਹਿਮਾਲਿਆ ਦੇ ਪਹਾੜਾਂ ਵਿੱਚ ਮਿਲਣ ਵਾਲੀ ਪਸ਼ਮੀਨਾ ਨਾਂ ਦੀ ਬੱਕਰੀ ਦੇ ਵਾਲਾਂ ਤੋਂ ਮਿਲਦੀ ਹੈ? ਕੀ ਤੁਸੀਂ ਇਹ ਚਿੰਨ੍ਹ ਦੇਖਿਆ ਹੈ? ਇਹ ਨਿਸ਼ਾਨ ਉੱਨ ਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ। ਇਸ ਨੂੰ ਵੂਲ ਮਾਰਕ ਕਹਿੰਦੇ ਹਨ। ਅਗਲੀ ਵਾਰ ਜਦੋਂ ਕਦੇ ਉੱਨ ਖਰੀਦੋ ਤਾਂ ਵੂਲ ਮਾਰਕ ਚਿੰਨ੍ਹ ਦੇਖਣਾ ਨਾ ਭੁੱਲਣਾ। ਇਸੇ ਤਰ੍ਹਾਂ ਤੁਸੀਂ ਕੁਝ ਵਸਤੂਆਂ ਦੀ ਪੈਕਿੰਗ ਉੱਪਰ ਹੇਠ ਦਿੱਤਾ ਚਿੰਨ੍ਹ ਵੇਖਿਆ ਹੋਵੇਗਾ। ਪਤਾ ਕਰੋ ਇਹ ਕਿਸ ਪ੍ਰਕਾਰ ਦੀਆਂ ਵਸਤੂਆਂ ਲਈ ਵਰਤਿਆ ਜਾਂਦਾ ਹੈ। ਇਹ ਕੀ ਦਰਸਾਉਂਦਾ ਹੈ? ਪ੍ਰਸ਼ਨ 3। ਹੇਠ ਲਿਖੇ ਚਿੰਨ੍ਹਾਂ ਦਾ ਮਿਲਾਨ ਉਸ ਵਸਤੂ ਨਾਲ ਕਰੋ ਜਿਸ ਵਸਤੂ ਦੀ ਸ਼ੁੱਧਤਾ ਦਰਸਾਉਣ ਲਈ ਉਹ ਵਰਤੇ ਜਾਂਦੇ ਹਨ। ਵਸਤੂ ਊੜਾ, ਸੋਨਾ। ਸੋਨੇ ਦੀ ਸ਼ੁੱਧਤਾ ਦਾ ਚਿੰਨ੍ਹ ਹੈ BIS, ਜਿਹੜਾ ਇਹ ਥਰਡ ਆਪਸ਼ਨ ਹੈ BIS, ਇਹ ਜੋ ਹੈ ਸੋਨੇ ਦੀ ਸ਼ੁੱਧਤਾ ਦਾ ਚਿੰਨ੍ਹ ਹੈ। ਉੱਨ ਦਾ ਜੋ ਸ਼ੁੱਧਤਾ ਦਾ ਜੋ ਚਿੰਨ੍ਹ ਹੈ ਉਹ ਹੈ ਵੂਲ ਮਾਰਕ, ਜੋ ਇਹ ਫੋਰਥ ਹੈ ਵੂਲ ਮਾਰਕ, ਇਹ ਸ਼ੁੱਧਤਾ ਦਾ ਚਿੰਨ੍ਹ ਉੱਨ ਦਾ ਹੈ। ਬਿਜਲੀ ਦੇ ਯੰਤਰ ਦਾ ਸ਼ੁੱਧਤਾ ਦਾ ਚਿੰਨ੍ਹ ਹੈ ISI, ਜਿਹੜਾ ਇਹ ਸੈਕਿੰਡ ਨੰਬਰ 'ਤੇ ਹੈ ISI, ਇਹ ਹੈ ਬਿਜਲੀ ਦੇ ਯੰਤਰ ਦਾ ਸ਼ੁੱਧਤਾ ਦਾ ਚਿੰਨ੍ਹ। ਮਸਾਲਿਆਂ ਦਾ ਜੋ ਸ਼ੁੱਧਤਾ ਦਾ ਚਿੰਨ੍ਹ ਹੈ ਉਹ ਹੈ ਐਗ ਮਾਰਕ, ਜੋ ਪਹਿਲੇ ਨੰਬਰ 'ਤੇ ਹੈ ਐਗ ਮਾਰਕ, ਉਹ ਸ਼ੁੱਧਤਾ ਦਾ ਚਿੰਨ੍ਹ ਹੈ ਮਸਾਲੇ ਦਾ। ਅਸੀਂ ਜਾਣ ਲਿਆ ਹੈ ਕਿ ਜੰਤੂ ਸਿੱਧੇ ਤੌਰ 'ਤੇ ਮਨੁੱਖ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਸੁਗਾਤ ਦੁੱਧ, ਮੀਟ, ਆਂਡੇ, ਚਮੜਾ ਅਤੇ ਉੱਨ ਦਿੰਦੇ ਹਨ। ਕੁਝ ਲੋਕਾਂ ਦਾ ਮੁੱਖ ਕਿੱਤਾ ਦੁੱਧ ਵੇਚਣਾ ਹੈ, ਇਸ ਲਈ ਉਹ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਵੱਡੀ ਗਿਣਤੀ ਵਿੱਚ ਪਾਲਦੇ ਹਨ। ਕੀ ਤੁਸੀਂ ਮਦਾਰੀ ਦਾ ਤਮਾਸ਼ਾ ਦੇਖਿਆ ਹੈ? ਬਹੁਤ ਸਾਰੇ ਲੋਕ
ਬਹੁਤ ਸਾਰੇ ਹੋਰ ਲੋਕ ਜਿਵੇਂ ਜੋਗੀ ਅਤੇ ਮਦਾਰੀ ਵੀ ਆਪਣੀ ਰੋਜ਼ੀ ਰੋਟੀ ਲਈ ਜਾਨਵਰਾਂ 'ਤੇ ਨਿਰਭਰ ਕਰਦੇ ਹਨ। ਜੰਤੂ ਉਹਨਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣਦੇ ਹਨ। ਅੱਜ ਕੱਲ੍ਹ ਕਾਨੂੰਨ ਅਨੁਸਾਰ ਨਾ ਤਾਂ ਕੋਈ ਜੰਗਲੀ ਜਾਨਵਰਾਂ ਨੂੰ ਫੜ ਸਕਦਾ ਹੈ ਨਾ ਹੀ ਰੱਖ ਸਕਦਾ ਹੈ। ਇਹ ਕਾਨੂੰਨ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਜੰਗਲੀ ਜਾਨਵਰਾਂ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਿਆ ਜਾ ਸਕੇ। ਆਵਾਜਾਈ ਅਤੇ ਢੋ ਢੁਆਈ ਵਿੱਚ ਜਾਨਵਰਾਂ ਦੀ ਵਿਸ਼ੇਸ਼ ਭੂਮਿਕਾ ਹੈ। ਹੁਣ ਤੱਕ ਤੁਸੀਂ ਜਾਣ ਚੁੱਕੇ ਹੋ ਕਿ ਰੇਗਿਸਤਾਨ ਵਿੱਚ ਇਸ ਕੰਮ ਲਈ ਊਠ ਦੀ ਵਰਤੋਂ ਕੀਤੀ ਜਾਂਦੀ ਹੈ। ਹਾਥੀ ਅਤੇ ਬਲਦ ਅੱਜ ਵੀ ਬਹੁਤ ਇਲਾਕਿਆਂ ਵਿੱਚ ਸਮਾਨ ਢੋਣ ਦਾ ਕੰਮ ਕਰਦੇ ਵੇਖੇ ਜਾ ਸਕਦੇ ਹਨ। ਤੁਸੀਂ ਜਾਣਿਆ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ। ਆਓ ਇੱਕ ਸੂਚੀ ਬਣਾਈਏ ਜਿਸ ਵਿੱਚ ਜੰਤੂ ਅਤੇ ਉਹਨਾਂ ਤੋਂ ਮਿਲਣ ਵਾਲੀਆਂ ਵਸਤੂਆਂ ਲਿਖੀਏ। ਪ੍ਰਾਪਤ ਵਸਤੂ ਜਾਂ ਲਾਭ। ਜੰਤੂ ਦਾ ਨਾਂ। ਦੁੱਧ। ਦੁੱਧ ਸਾਨੂੰ ਗਾਂ ਤੋਂ, ਬੱਕਰੀ ਤੋਂ, ਮੱਝ ਤੋਂ, ਇਹਨਾਂ ਤੋਂ ਜੋ ਹੈ ਮਿਲਦਾ ਹੈ। ਸ਼ਹਿਦ। ਸ਼ਹਿਦ ਦੀ ਜੋ ਹੈ ਮੱਖੀ ਹੁੰਦੀ ਹੈ, ਜਿਸ ਨੂੰ ਕਿ ਅਸੀਂ ਭਰਿੰਡ ਜਾਂ ਮਧੂਮੱਖੀ ਵੀ ਕਹਿੰਦੇ ਹਾਂ। ਸ਼ਹਿਦ ਦੀ ਮੱਖੀ, ਜਿਸ ਨੂੰ ਕਿ ਅਸੀਂ ਭਰਿੰਡ ਜਾਂ ਮਧੂਮੱਖੀ ਵੀ ਕਹਿੰਦੇ ਹਾਂ। ਉੱਨ। ਉੱਨ ਸਾਨੂੰ ਖਰਗੋਸ਼ ਤੋਂ, ਭੇਡ ਤੋਂ ਮਿਲਦੀ ਹੈ। ਰੇਸ਼ਮ। ਰੇਸ਼ਮ ਜੋ ਹੈ, ਰੇਸ਼ਮ ਦਾ ਕੀੜਾ ਹੁੰਦਾ ਹੈ, ਉਸ ਤੋਂ ਸਾਨੂੰ ਮਿਲਦੀ ਹੈ। ਸਵਾਰੀ ਵਾਸਤੇ ਅਸੀਂ ਊਂਠ ਦਾ ਇਸਤੇਮਾਲ ਕਰਦੇ ਹਾਂ। ਊਂਠ ਹੋ ਗਿਆ, ਘੋੜਾ ਹੋ ਗਿਆ। ਰਾਖੀ ਵਾਸਤੇ ਜੋ ਹੈ ਅਸੀਂ ਕੁੱਤੇ ਦਾ ਇਸਤੇਮਾਲ ਕਰਦੇ ਹਾਂ। ਰਾਖੀ ਵਾਸਤੇ ਜੋ ਜੰਤੂ ਹੈ ਉਹ ਹੈ ਕੁੱਤਾ। ਟੋਆ ਢੁਆਈ ਵਾਸਤੇ ਅਸੀਂ ਊਂਠ, ਘੋੜਾ, ਗਧਾ, ਖੱਚਰ, ਇਹਨਾਂ ਦਾ ਜੋ ਹੈ ਇਸਤੇਮਾਲ ਕਰਦੇ ਹਾਂ। ਆਂਡੇ ਸਾਨੂੰ ਮੁਰਗੀ ਤੋਂ ਮਿਲਦੇ ਹੈ। ਮੀਟ ਵਾਸਤੇ ਅਸੀਂ ਜੋ ਹੈ ਬੱਕਰੇ ਅਤੇ ਮੁਰਗੇ ਦਾ ਜੋ ਹੈ ਇਸਤੇਮਾਲ ਕਰਦੇ ਹਾਂ। ਮੀਟ ਸਾਨੂੰ ਬੱਕਰੇ ਅਤੇ ਮੁਰਗੇ ਤੋਂ ਜੋ ਹੈ ਮਿਲਦਾ ਹੈ। ਅਸੀਂ ਆਪਣੀਆਂ ਕਈ ਲੋੜਾਂ ਦੀ ਪੂਰਤੀ ਲਈ ਜੰਤੂਆਂ ਦੀ ਸਹਾਇਤਾ ਲੈਂਦੇ ਹਾਂ ਅਤੇ ਇਸ ਮੰਤਵ ਲਈ ਉਹਨਾਂ ਨੂੰ ਪਾਲਦੇ ਹਾਂ। ਇਸ ਲਈ ਉਹਨਾਂ ਦੀਆਂ ਜ਼ਰੂਰਤਾਂ ਜਿਵੇਂ ਭੋਜਨ, ਪਾਣੀ ਅਤੇ ਸਮੇਂ ਸਿਰ ਦਵਾਈਆਂ ਆਦਿ ਦਾ ਖਿਆਲ ਰੱਖਣਾ ਚਾਹੀਦਾ ਹੈ। ਜੰਤੂ ਵੀ ਸਜੀਵ ਹਨ ਸਾਡੇ ਵਾਂਗ ਹੀ, ਉਹਨਾਂ ਨੂੰ ਵੀ ਕਈ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਮਾਹਰ ਡਾਕਟਰ, ਵੈਟਰਨਰੀ ਡਾਕਟਰ ਦੀ ਸਲਾਹ ਨਾਲ ਹੀ ਉਹਨਾਂ ਨੂੰ ਦਵਾਈ ਦੇਣੀ ਚਾਹੀਦੀ ਹੈ। ਅਸੀਂ ਹੁਣ ਤੱਕ ਜਾਣ ਚੁੱਕੇ ਹਾਂ ਕਿ ਜੰਤੂ ਮਨੁੱਖ ਦੇ ਬਹੁਤ ਵਧੀਆ ਅਤੇ ਵਫ਼ਾਦਾਰ ਸਾਥੀ ਹਨ।
ਇਹਨਾਂ ਤੋਂ ਸਾਨੂੰ ਬਹੁਤ ਸਾਰੀਆਂ ਵਸਤੂਆਂ ਸੁਗਾਤ ਦੇ ਰੂਪ ਵਿੱਚ ਮਿਲਦੀਆਂ ਹਨ। ਜੰਤੂ ਨਾ ਕੇਵਲ ਸਿੱਧੇ ਤੌਰ 'ਤੇ ਮਨੁੱਖ ਨੂੰ ਕਈ ਪਦਾਰਥ ਉਪਲਬਧ ਕਰਾਉਂਦੇ ਹਨ, ਸਗੋਂ ਆਪਣੇ ਮਨਮੋਹਕ ਰੂਪ ਅਤੇ ਪਿਆਰੀਆਂ ਆਵਾਜ਼ਾਂ ਨਾਲ ਸਾਡੇ ਵਾਤਾਵਰਣ ਦੀ ਸੁੰਦਰਤਾ ਵੀ ਵਧਾਉਂਦੇ ਹਨ। ਆਓ ਇਸ ਸੰਬੰਧੀ ਇੱਕ ਕਵਿਤਾ ਪੜ੍ਹੀਏ। ਕੋਇਲਾਂ ਦੀ ਕੂਕ ਬੜੀ ਪਿਆਰੀ ਸਾਥੀਓ, ਚਿੜੀਆਂ ਦੀ ਚੀ ਚੀ ਲੱਗੇ ਨਿਆਰੀ ਸਾਥੀਓ, ਗੜ ਗੜ ਹੋਵੇ ਜਦ ਬਾਦਲਾਂ ਦਾ ਸ਼ੋਰ ਜੀ, ਪਹਿਲਾਂ ਪਾਉਂਦਾ ਛਮ ਛਮ ਦੇਖੋ ਮੋਰ ਜੀ, ਤੂਰੇ ਜਿਵੇਂ ਕਿਸੇ ਰਾਜੇ ਦੀ ਸਵਾਰੀ ਸਾਥੀਓ, ਕੋਇਲਾਂ ਦੀ ਕੂਕ ਬੜੀ ਪਿਆਰੀ ਸਾਥੀਓ। ਸ਼ੇਰ ਰਾਜਾ ਬੜਾ ਹੀ ਖੁੰਖਾਰ ਲੱਗਦਾ, ਕੰਬਦੇ ਨੇ ਥਰ ਥਰ ਜਦੋਂ ਗੱਜਦਾ, ਡਾਡਾ ਬੜਾ ਇਹ ਤਾਂ ਸ਼ਿਕਾਰੀ ਸਾਥੀਓ, ਕੋਇਲਾਂ ਦੀ ਕੂਕ ਬੜੀ ਪਿਆਰੀ ਸਾਥੀਓ। ਸੋਹਣੇ ਸੋਹਣੇ ਫੁੱਲਾਂ ਉੱਤੇ ਬੈਠੀ ਤਿਤਲੀ, ਕਰਦੇ ਗੁੰਜਾਰ ਭੋਰੇ ਪਾਉਣ ਕਿੱਕਲੀ, ਚੁੰਮੇ ਜਦ ਫੁੱਲਾਂ ਦੀ ਕਿਆਰੀ ਸਾਥੀਓ, ਕੋਇਲਾਂ ਦੀ ਕੂਕ ਬੜੀ ਪਿਆਰੀ ਸਾਥੀਓ। ਇਹਨਾਂ ਦੀ ਸੁਰੱਖਿਆ ਨੂੰ ਫਰਜ਼ ਜਾਣੀਏ, ਤਾਂ ਕਿ ਸਦਾ ਲਈ ਇਹਨਾਂ ਦਾ ਆਨੰਦ ਮਾਣੀਏ, ਪਾ ਕੇ ਬੱਕੀ ਕੁਦਰਤ ਨਾਲ ਯਾਰੀ ਸਾਥੀਓ, ਬਨ ਲਓ ਪੱਲੇ ਗੱਲ ਇਹ ਮਿਆਰੀ ਸਾਥੀਓ, ਕਰ ਲਓ ਅੱਜ ਤੋਂ ਤਿਆਰੀ ਸਾਥੀਓ। ਯਾਦ ਰੱਖਣ ਯੋਗ ਗੱਲਾਂ, ਕੁੱਤਾ ਪੇਡਾਂ ਬੱਕਰੀਆਂ ਦੇ ਵੱਡੇ ਇੱਜੜ ਦੀ ਰਾਖੀ ਕਰ ਸਕਦਾ ਹੈ, ਪੁਲਾੜ ਵਿੱਚ ਸਭ ਤੋਂ ਪਹਿਲਾਂ ਜਾਣ ਵਾਲਾ ਜਾਨਵਰ ਲਾਈਕਾ ਨਾਂ ਦੀ ਕੁੱਤੀ ਸੀ। ਅੰਗੋਰਾ ਨਸਲ ਦੇ ਖਰਗੋਸ਼ਾਂ ਦੀ ਉੱਨ ਬਹੁਤ ਮੁਲਾਇਮ ਹੁੰਦੀ ਹੈ। ਪਸ਼ਮੀਨਾ ਉੱਨ ਹਿਮਾਲਿਆ ਵਿੱਚ ਮਿਲਣ ਵਾਲੀ ਪਸ਼ਮੀਨਾ ਨਸਲ ਦੀ ਬੱਕਰੀ ਤੋਂ ਮਿਲਦੀ ਹੈ। ਕਾਨੂੰਨ ਅਨੁਸਾਰ ਕਿਸੇ ਜੰਗਲੀ ਜਾਨਵਰ ਨੂੰ ਫੜਨ ਜਾਂ ਘਰ ਵਿੱਚ ਰੱਖਣ ਦੀ ਮਨਾਹੀ ਹੈ। ਪ੍ਰਸ਼ਨ 6, ਖਾਲੀ ਥਾਵਾਂ ਭਰੋ। ਜੋਗੀ ਅਤੇ ਮਦਾਰੀ ਰੋਜੀ ਰੋਟੀ ਲਈ ਡੈਸ਼ 'ਤੇ ਨਿਰਭਰ ਕਰਦੇ ਹਨ। ਇਹਦਾ ਸਹੀ ਜਵਾਬ ਹੈ ਜੰਤੂਆਂ। ਜੋਗੀ ਅਤੇ ਮਦਾਰੀ ਰੋਜੀ ਰੋਟੀ ਲਈ ਜੰਤੂਆਂ 'ਤੇ ਨਿਰਭਰ ਕਰਦੇ ਹਨ। ਜਾਨਵਰਾਂ ਨੂੰ ਮਾਰਨ ਵਾਲਿਆਂ ਨੂੰ ਡੈਸ਼ ਕਹਿੰਦੇ ਹਨ, ਜਾਨਵਰਾਂ ਨੂੰ ਮਾਰਨ ਵਾਲਿਆਂ ਨੂੰ ਸ਼ਿਕਾਰੀ ਕਹਿੰਦੇ ਹਨ। ਕੁੱਤਾ ਜ਼ਮੀਨ ਦੇ ਲਗਭਗ 40 ਫੁੱਟ ਹੇਠਾਂ ਦੀ ਗੰਧ ਪਛਾਣ ਸਕਦਾ ਹੈ। ਅੰਗੋਰਾ ਨਸਲ ਦੇ ਖਰਗੋਸ਼ਾਂ ਤੋਂ ਪ੍ਰਾਪਤ ਉੱਨ ਦੇ ਰੇਸ਼ੇ ਬਹੁਤ ਮੁਲਾਇਮ ਹੁੰਦੇ ਹਨ। ਵੂਲਮਾਰਕ ਉੱਨ ਦੀ ਸ਼ੁੱਧਤਾ ਦਰਸਾਉਂਦਾ ਹੈ।